खौफनाक तस्वीरां जो तुसी देखियां हैं, तस्वीरां ने पुरानी रंजिश दियां, उस लड़ाई दियां जिसने एक खतरनाक रूप धार लिया। इत्थे दो धिरां विचाले जम के लड़ाई हुई ते दो घंटे लगातार इट्टा रोड़े चले, जिस नाल दो नौजवान बुरी तरह जख्मी हो गए। उत्थे ही पुलिस ने मौके ते पहुंच के जांच शुरू कर दित्ती है। यह मामला अमृतसर के पिंड फतेहपुर का है, जिथे दो धिरां की भयानक लड़ाई हुई ते दो लोग जख्मी भी हो गए। इस लड़ाई विचाले दो घंटे लगातार इट्टा रोड़े चले, उत्ते ही पुलिस ने मौके ते पहुंच के मामला दर्ज कर लिया है ते जांच जारी है। इस संबंधी पीड़ित परिवार ने कहा कि उन्होंने दोषियों ते कार्रवाई करन संबंधी शिकायत दर्ज करवाई है ते इस दे नाल ही पुलिस ते मुलजमां ते कार्रवाई ना करन दे भी इल्जाम लगाए ने। पुरानी रंजिश आज तो महीना पहला एक लड़ाई हुई है तो वो तो पहला भी हो गया तीन लड़ाई, तीसरी लड़ाई चौथी कर कमला कर लड़ाई हुई क्यों आज पहला जड़ियां लड़ाइयां हो रही लगातार पिंड दे विच ये धमकियां धमकियां देंदे इधर बाहर बच्चे बच्चे जाते इधर धमकियां लाउंदे आ तैनूं ऐ कर देना मैं जो करदा गैंगस्टर है हर को पलान ते लड़ाई किसे दी साडे सिर पाती है। अच्छा हां ਜਿਹੜੀ ਇਹ ਦਰਖਾਸ਼ ਹੋਈ ਹੈ ਨਾ ਪਹਿਲਾਂ ਇਹ ਮੇਰੇ ਬਾਂਹ ਤੇ ਸੱਟ ਲੱਗੀ, ਹੱਡੀ ਕ੍ਰੈਕ ਹੋਈ ਹੈ ਬਾਂਹ ਦੀ। ਅੱਛਾ ਠੀਕ ਆ, ਉਹਦੀ ਵਜ੍ਹਾ ਨਾਲ ਉਹਨਾਂ ਤੇ ਪਰਚੇ ਹੋਏ ਆ। ਜਿਹੜੀ ਫਾਇਰਿੰਗ ਕੀਤੀ ਉਹਨਾਂ ਨੇ ਸਾਡੇ ਘਰ ਆਣ ਕੇ ਗੋਲੀ ਚਲਾਈ, ਦੋ ਵਾਰੀ ਗੋਲੀ ਚੱਲੀ ਇਹਨਾਂ ਵੱਲੋਂ ਤੇ ਇਹਦੀ ਮੰਗ ਅਸੀਂ ਇਹੀ ਕਰਦੇ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਜਿਹੜੀ ਆ ਹੁਣ ਦੀ ਦੁਬਾਰਾ ਇਹਨਾਂ ਨੇ ਨਵੀਂ ਗੈਂਗ ਭੇਜੀ ਸਾਡੇ ਵੱਲ ਤੇ ਜੋ ਜਿੰਨਾ ਸਾਡਾ ਨੁਕਸਾਨ ਕੀਤਾ ਵਾ ਇਹ ਸਾਰਾ, ਮਤਲਬ ਇਹ ਜਿੱਥੋਂ ਤੱਕ ਵੀ ਹੁੰਦਾ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ। ਉਹ ਕਹਿੰਦੇ ਸਾਡੇ ਵੱਲੋਂ ਕੋਈ ਗੈਂਗ ਨਹੀਂ ਭੱਜੀ ਗਈ, ਬੰਦੇ ਸਾਰੇ ਇਹਨਾਂ ਦੇ ਘਰ ਹੀ ਆਉਂਦੇ ਆ, ਸਾਡੇ ਘਰ ਬੰਦੇ ਆਉਂਦੇ ਆ ਤੇ ਬੋਤਲਾਂ ਅਸੀਂ ਆਪ ਮਾਰ ਲਈਆਂ ਉਹਨਾਂ ਦੇ ਕੋਠਿਆਂ ਤੇ ਜਾ ਕੇ। ਤੁਸੀਂ ਦੱਸੋ ਨਾ ਕਿਹਨਾਂ ਨੇ ਮਾਰੀਆਂ ਬੋਤਲਾਂ ਸਾਨੂੰ, ਜਿਹੜੇ ਤੁਹਾਨੂੰ ਅਸੀਂ ਸੱਦ ਕੇ ਤੇ ਅਸੀਂ ਸ਼ਰੇਆਮ ਬੋਤਲਾਂ ਦਿਖਾਉਂਦੇ ਪਏ ਆ ਤੇ ਉਹ ਮਤਲਬ ਅਸੀਂ ਆਪਣੇ ਕੋਠੇ ਉਹਨਾਂ ਦੇ ਕੋਠਿਆਂ ਤੇ ਖਲੋ ਕੇ ਖੁਦ ਆਪਣੇ ਘਰੇ ਚਲਾ ਲਈਆਂ ਨੇ। ਉਹ ਕਹਿੰਦੇ ਸਾਡੇ ਕੋਠੇ ਵਿੱਟਾਂ ਬੜੀਆਂ ਆਈਆਂ ਜੀ, ਫਿਰ ਉਹਨਾਂ ਨੇ ਉਹ ਤੇ ਫਿਰ ਇਦਾਂ ਹੀ ਹੁੰਦਾ ਵਾ ਨਾ, ਜੇ ਫਿਰ ਹੁਣ ਤੂੰ ਮੇਰੇ ਚਪੇੜ ਮਾਰੇਂਗਾ ਤੇ ਮੈਂ ਗਾੜੀ ਹੱਥ ਬੰਨ ਕੇ ਤੇ ਖਲੋਤੀ ਨਹੀਂ ਰਹਿਣਾ ਵੀ, ਫਿਰ ਮੈਂ ਤੇ ਇੱਟ ਦਾ ਜਵਾਬ ਪੱਥਰ ਦੇਣਾ ਹੀ ਆ। ਠੀਕ ਆ ਨਾ, ਤੇ ਜਦੋਂ ਤਿੰਨ ਵਾਰੀ ਫਾਇਰਿੰਗ ਹੋ ਗਈ ਸਾਡੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਠੀਕ ਆ ਨਾ, ਕੋਈ ਸਾਡੇ ਘਰ ਤੱਕ ਕੋਈ ਮੁਲਾਜ਼ਮ ਆਉਂਦਾ ਵਾ ਉਹ ਵੀ ਪੁੱਛ ਕੇ ਚਲ ਗਏ। ਠੀਕ ਆ, ਮੈਂ ਬਾਰ ਬਾਰ ਬੱਚਿਆਂ ਨੂੰ ਤੇ ਹੁਣ ਫਿਰ ਅਸੀਂ ਤੇ ਬੱਚਿਆਂ ਨੂੰ ਡੱਕਦੇ ਹਾਂ ਤੇ ਜਦੋਂ ਕੋਈ ਇਕੱਠੇ ਹੋ ਕੇ ਬੋਤਲਾਂ ਲਿਆ ਕੇ ਸਾਡੇ ਸਿਰ 'ਚ ਮਾਰਨਗੇ, ਬਾਂਹ ਮੇਰੀ ਟੁੱਟੀ ਆ, 50,000 ਆਪਰੇਟ ਦਾ ਮੰਗਦੇ ਪਏ ਹੋ, ਹਜੇ ਤੱਕ ਮੈਂ ਉਹ ਨਹੀਂ ਕਰਵਾਇਆ ਵੀ। ਇਹਦਾ ਮਤਲਬ ਤੁਹਾਡੇ ਵੱਲੋਂ ਜਵਾਬ ਇੱਟ ਦਾ ਪੱਥਰ ਤਾਂ ਦਿੱਤਾ ਜਾ ਰਿਹਾ ਉਹਨਾਂ ਨੂੰ? ਇੱਟ ਦਾ ਪੱਥਰ ਅਜੇ ਦਿੱਤਾ ਨਹੀਂ ਹੈ, ਅਜੇ ਅਸੀਂ ਪੁਲਿਸ ਵੇਖਣ ਦੇ ਵੀ ਇਹ ਕੀ ਕਾਰਵਾਈ ਕਰਨ ਦੇ। ਅੱਛਾ, ਹਜੇ ਦੇਣਾ ਤੁਸੀਂ? ਉਹ ਤੇ ਫਿਰ ਨਾ ਕੋਈ ਹੋਊਗਾ ਤੇ ਫਿਰ ਚਲੋ ਇਹ ਤੇ ਫਿਰ ਭੱਜਦੇ ਹਨ, ਵਾਣ ਇੱਕੋ ਜਿਹਾ ਹੀ ਹੁੰਦਾ। ਉਧਰ ਪਿੰਡ ਫਤਿਹਪੁਰ ਦੇ ਵਸਨੀਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਆਏ ਦਿਨ ਹੀ ਝਗੜਾ ਹੁੰਦਾ ਰਹਿੰਦਾ ਹੈ ਤੇ ਅੱਜ ਵੀ ਝਗੜੇ ਦੌਰਾਨ ਇੱਟਾਂ ਤੇ ਰੋੜੇ ਚਲਾਏ ਗਏ ਨੇ, ਜਿਸ ਦੇ ਚਲਦੇ ਉਹ ਪੁਲਿਸ ਪ੍ਰਸ਼ਾਸਨ ਤੋਂ ਇਲਾਕਾ ਨਿਵਾਸੀਆਂ ਦੀ ਸੁਰੱਖਿਆ ਸੰਬੰਧੀ ਅਪੀਲ ਕਰਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਤੇ ਠੱਲ ਪਾਈ ਜਾਵੇ। ਵੇਖੋ ਜੀ, ਇਹ ਦੋਵਾਂ ਤਰ੍ਹਾਂ 'ਚ ਬਹੁਤ ਤਗੜਾ ਝਗੜਾ ਹੋਇਆ ਵਾ, ਇੱਟ ਵੱਟਾ ਬਹੁਤ ਚੱਲਿਆ ਵਾ। ਠੀਕ ਹੈ ਜੀ, ਲੋਕਾਂ ਦੇ ਬੱਚਿਆਂ ਨੂੰ ਬਹੁਤ ਕਾਫੀ ਜ਼ਿਆਦਾ ਡਰ ਆ ਵੀ ਕਿਸੇ ਦੇ ਜਿੱਦਾਂ ਇਹ ਲੜਦੇ ਨੇ, ਇੱਟ ਵੱਟਾ ਚਲਾਉਂਦੇ ਨੇ ਦੋ ਧਰੀ, ਕਿਸੇ ਨੂੰ ਅਚਾਨਕ ਸੱਟ ਵੀ ਲੱਗ ਸਕਦੀ ਆ, ਇਹਦਾ ਕੌਣ ਜ਼ਿੰਮੇਵਾਰ ਹੋਊਗਾ? ਇਹ ਕੰਮ ਬੰਦ ਹੋਣਾ ਚਾਹੀਦਾ ਵਾ। ਜੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਵੀ ਇਹਨਾਂ ਦੀ ਆ, ਇਹ ਬਹਿ ਕੇ ਇੱਕ ਦੂਜੇ ਨਾਲ ਫੇਸ ਟੂ ਫੇਸ ਗੱਲ ਕਰਨ ਵੀ ਸਾਡੀ ਆਹ ਰੰਜਿਸ਼ ਆਹ ਗੱਲਬਾਤ ਆ, ਇਹ ਬਹਿ ਕੇ ਗੱਲ ਕੀਤੀ ਜਾਵੇ। ਇਹ ਪਿੰਡ ਦੇ ਵਿੱਚ ਵੇਖੋ ਜੀ, ਦੱਸਦੇ ਵੀ ਸ਼ਾਮੀ ਪਹਿਲਾਂ ਉੱਧਰ ਇੱਧਰੋਂ ਦੋ ਮੁੰਡੇ ਹੈਗੇ, ਉਹਨਾਂ ਦੋ ਮੁੰਡਿਆਂ ਨੂੰ 8-10 ਮੁੰਡਿਆਂ ਨੂੰ ਫੜਿਆ ਅਤੇ ਕੁੱਟਿਆ, ਛਿੱਤਰ ਪਤੋਲਾ ਕੀਤਾ ਵਾ ਉੱਥੇ ਟੁੰਡਿਆਂ ਦੁਕਾਨ ਗਾੜੀ, ਅਤੇ ਉੱਥੋਂ ਬਾਅਦ ਦੇ ਵਿੱਚ ਹਟ ਕੇ ਇਹ ਉੱਧਰੋਂ ਉਹ ਚੜ੍ਹ ਕੇ ਉੱਧਰੋਂ ਉਹ ਚੜ੍ਹ ਕੇ ਟੋਲਾ ਚਲਾਉਂਦੇ ਰਹੇ ਆ। ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਹ ਜਿਹੜੇ ਬੰਦੇ ਨੇ ਉਹ ਹੈਗੇ ਪੈਸੇ ਵਾਲੇ, ਪੈਸੇ ਦੇ ਤੌਰ 'ਤੇ ਉਹ ਮਤਲਬ ਕਿ ਪੁਲਿਸ ਨੂੰ ਵੀ ਦਬਾਈ ਜਾਂਦੇ, ਕਿਸ ਤਰ੍ਹਾਂ ਵੀ ਕਰੀ ਜਾਂਦੇ। ਉੱਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਫਤਿਹਪੁਰ ਪਿੰਡ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋਈ ਹੈ ਅਤੇ ਇੱਟਾਂ ਰੋੜੇ ਚੱਲੇ ਨੇ। ਇਸ ਝੜਪ ਵਿੱਚ ਦੋ ਨੌਜਵਾਨ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਮੈਡੀਕਲ ਕਰਵਾਉਣ ਲਈ ਭੇਜਿਆ ਗਿਆ ਹੈ ਅਤੇ ਪਰਚਾ ਦਰਜ ਕਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਨਾ ਜੱਸਾ ਪ੍ਰਧਾਨ ਆ, ਉਹਦੇ ਲੜਕਿਆਂ ਦਾ ਅਤੇ ਇੱਕ ਮੁੰਡਾ ਇੱਧਰ ਕਰਨ ਹੋਣੀ ਨਹੀਂ, ਇਹਨਾਂ ਦਾ ਆਪਸੀ ਝਗੜਾ ਆਇਆ ਸੀ। ਉਸ ਬੰਦੀ ਨਾਲ ਕੋਠੇ 'ਤੇ ਚੜ੍ਹ ਕੇ ਦੋਵਾਂ ਧਿਰਾਂ ਨੂੰ ਇੱਟ ਵੱਟਾ ਚੱਲਿਆ ਉੱਧਰ ਉੱਧਰ ਹੀ, ਅਤੇ ਉਹ ਅਸੀਂ ਵੇਖਿਆ ਮੌਕਾ ਮੁੱਕਾ ਵੇਖ ਲਿਆ, ਇੱਕ ਮੁੰਡੇ ਸੱਟ ਲੱਗੀ ਹੈ, ਉਹਦਾ ਮੈਡੀਕਲ ਕਰਾਇਆ, ਉਹਦੀ ਰਿਪੋਰਟ ਵਧੀ ਆ, ਉਹ 'ਤੇ ਕਰ ਲਿਆ। ਉਹ ਕਹਿੰਦੇ ਨਸ਼ੇ ਕਰਕੇ ਹੋਇਆ ਸਾਰਾ? ਨਹੀਂ, ਨਸ਼ਾ ਕੋਈ, ਨਸ਼ੇ ਦੀ ਖੇਡ ਕੋਈ ਨਹੀਂ, ਇਹ ਆਪਸੀ ਦੋਵੇਂ ਆਪਸੀ ਮੁੰਡੇ ਮੁੰਡੇ ਝਗੜੇ ਨੇ। ਹਾਂਜੀ, ਇਹਨਾਂ ਦਾ ਮੋਟਰਸਾਈਕਲ ਵੀ ਟੁੱਟੇ ਨੇ? ਇਹ ਮੋਟਰਸਾਈਕਲ ਦਾ ਮੈਂ ਇੰਟੀਗੇਟਰ ਟੁੱਟਾ ਉੱਧਰ, ਜੱਸੇ ਦੇ ਭਤੀਜੇ ਦੇ, ਜੋ ਇੱਟ ਵੱਟਾ ਵੱਧ ਚੱਲਿਆ ਨਾ ਉਹ ਬੰਦੇ। ਅਤੇ ਕੀ ਕਾਰਵਾਈ ਮਿਲ ਲਿਆਉਂਦੀ? ਹੁਣ ਮੈਡੀਕਲ ਵਗੈਰਾ ਕਰਾਏ ਨੇ ਉਹਨਾਂ ਦੇ, ਆਏ ਆ ਬੰਦੇ ਤਕਰੀਬਨ ਭੱਜੇ ਨੇ ਸਾਰੇ ਘਰਾਂ ਦੋਵਾਂ ਧਿਰਾਂ ਦੇ, ਅਸੀਂ ਆਏ ਹਾਂ ਰੇਡ ਕਰਨੇ 'ਤੇ।
ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ, ਹਮਦਰਦ ਟੀਵੀ।